ਅੰਮ੍ਰਿਤਸਰ ਦੇ ਜਲ ਅਤੇ ਸੈਨੀਟੇਸ਼ਨ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਪੂਰੇ ਪੰਜਾਬ ਪੱਧਰ ਤੇ ਜਲ ਅਤੇ ਸੈਨੀਟੇਸ਼ਨ ਵਿਭਾਗ ਦੇ ਦਫ਼ਤਰਾਂ ਅੱਗੇ ਪੰਜਾਬ ਸਰਕਾਰ ਦੇ ਖਿਲਾਫ ਜਾਮ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਅੰਮ੍ਰਿਤਸਰ ਵਿੱਚ ਜਲ ਅਤੇ ਸੈਨੀਟੇਸ਼ਨ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਸੁਖਨੰਦਨ ਸਿੰਘ ਮਹਿਨੀਆ ਦੀ ਪ੍ਰਧਾਨਗੀ ਹੇਠ ਵੱਡੇ ਪੱਧਰ ਤੇ ਰੋਸ ਮੁਜ਼ਾਹਰਾ ਕੀਤਾ ਗਿਆ। ਸਾਡਾ ਅੱਜ ਦਾ ਧਰਨਾ ਲਾਉਣ ਦਾ ਜਿਹੜਾ ਮੁੱਖ ਮਕਸਦ ਸੀ ਉਹ ਪੰਜਾਬ ਗਵਰਨਮੈਂਟ ਵੱਲੋਂ ਜਿਹੜਾ ਮਹਿਕਮੇ ਦਾ ਪੰਚਾਇਤੀਕਰਨ ਕੀਤਾ ਜਾ ਰਿਹਾ ਉਹਨੂੰ ਰੋਕਣ ਵਾਸਤੇ ਅੱਜ ਅਸੀਂ ਪੂਰੇ ਪੰਜਾਬ ਦੇ ਵਿੱਚ ਸ਼ੁਰੂ ਕੀਤਾ ਵਾ 4, 5, 6 ਤਰੀਕ ਨੂੰ 3 ਦਿਨ ਅਸੀਂ ਐਕਸ਼ਨਾਂ ਦੇ ਰਾਹੀਂ ਜਿਹੜੇ ਸਾਡੇ ਐਕਸ਼ਨ ਹੁੰਦੇ ਨੇ ਉਹਨਾਂ ਦੇ ਰਾਹੀਂ ਅਸੀਂ ਮੰਗ ਪੱਤਰ ਮਹਿਕਮੇ ਦੀ ਮੰਤਰੀ ਸ਼੍ਰੀਮਤੀ ਰਜ਼ੀਆ ਸੁਲਤਾਨਾ ਨੂੰ ਭੇਜੇ ਆ ਵੀ ਇਹ ਜਿਹੜਾ ਸਾਡਾ ਮਹਿਕਮਾ ਵਾ ਇਹਨੂੰ ਪੰਚਾਇਤੀਕਰਨ ਨਾ ਕੀਤਾ ਜਾਵੇ ਕਿਉਂਕਿ ਸਾਡੇ ਵਿੱਚ ਬਹੁਤ ਵੱਡਾ ਰੋਸ ਪਾਇਆ ਜਾ ਰਿਹਾ ਮੁਲਾਜ਼ਮਾਂ ਦੇ ਵਿੱਚ ਇੱਕ ਬਹੁਤ ਵੱਡਾ ਮਹਿਕਮਾ ਵਾ ਲੋਕਾਂ ਨੂੰ ਇਹਦੀ ਸੇਵਾ ਜਿਹੜੀ ਆ ਪਾਣੀ ਦੀ ਸਰਕਾਰ ਨੇ ਫ੍ਰੀ ਦੇਣੀ ਆ ਪਰ ਸਰਕਾਰ ਆਪਣੇ ਵਾਅਦੇ ਤੋਂ ਭੱਜ ਕੇ ਅਤੇ ਮਹਿਕਮੇ ਨੂੰ ਪੰਜਾਬ ਦੇ ਹਵਾਲੇ ਕਰਨ ਜਾ ਰਹੀ ਆ ਜਦੋਂ ਕਿ ਹਜ਼ਾਰਾਂ ਮੁਲਾਜ਼ਮ ਜਿਹੜੇ ਨੇ ਉਹ ਕਿੱਧਰ ਜਾਣਗੇ ਇਸ ਕਰਕੇ ਅਸੀਂ ਇਹ ਜਿਹੜਾ ਵਾ ਸੰਘਰਸ਼ ਅੱਜ ਤੋਂ ਸ਼ੁਰੂ ਕਰ ਦਿੱਤਾ ਹੁਣ ਅਸੀਂ ਇਹ ਮੰਗ ਪੱਤਰ ਭੇਜ ਕੇ ਅਤੇ ਰਜ਼ੀਆ ਸੁਲਤਾਨਾ ਦੇ ਘਰ ਭੇਜੇ ਆ ਵੀ ਸਾਨੂੰ ਸਮਾਂ ਦੇ ਕੇ ਸਾਡੇ ਨਾਲ ਗੱਲਬਾਤ ਕੀਤੀ ਜਾਵੇ ਅਗਰ ਮੰਤਰੀ ਸਾਹਿਬ ਇਸ ਗੱਲ ਨੂੰ ਸਾਨੂੰ ਸਮਾਂ ਨਹੀਂ ਦਿੰਦੇ ਫਿਰ ਅਸੀਂ ਮਹਿਕਮੇ ਦੇ ਮੰਤਰੀ ਦੇ ਘਰ ਮੂਹਰੇ ਬੈਠ ਕੇ ਵੱਡੇ ਪੰਜਾਬ ਪੱਧਰ ਦੀ ਰੈਲੀ ਕਰਾਂਗੇ ਅਤੇ ਉੱਥੇ ਜਾ ਕੇ ਫਿਰ ਜੋ ਵੀ ਸਾਡੇ ਕੋਲ ਹੋਇਆ ਜਿੱਦਾਂ ਵੀ ਸੰਗਠਨ ਤਕੜਾ ਹੋਇਆ ਅਸੀਂ ਕਰਾਂਗੇ ਤਾਂ ਕਿ ਅਸੀਂ ਇਹ ਮੰਗ ਜਿਹੜੀ ਆਪਣੀ ਪੰਚਾਇਤੀ ਕਰਨ ਦੀ ਇਹਨੂੰ ਅਸੀਂ ਰੋਕਣਾ ਵਾ ਹਰ ਵਾਲੀ ਨਹੀਂ ਰੋਕਣਾ ਭਾਵੇਂ ਸਾਨੂੰ ਕਿਸੇ ਵੀ ਤਰ੍ਹਾਂ ਦਾ ਸੰਘਰਸ਼ ਕਰਨਾ ਪਵੇ। ਅੰਮ੍ਰਿਤਸਰ ਤੋਂ ਗੁਰਸੇਵਕ ਦੇ ਨਾਲ ਨਵਿੰਦਰਪਾਲ ਸਿੰਘ ਚਮਕ ਦੀ ਰਿਪੋਰਟ, ਚੈਨਲ 2।